ਦੱਸੋ ਰਾਜੇ ਕੀ ਇਨਕੁਆਇਰੀ ਹੈ ਤੁਹਾਡੀ? ਮੈਮ ਜਨਰਲ ਦਾ ਪੇਪਰ ਦਿੱਤਾ ਸੀ, ਉਹਦੇ ਵਿੱਚ ਇੱਕ ਮੋਡਿਊਲ ਚ 5.5 ਆ, ਐਂਡ ਹਾਂਜੀ ਅਕੈਡਮਿਕ ਚ 2 ਦੇ ਵਿੱਚ 5.5 ਆ। ਹਾਂਜੀ ਆਫਟਰ 10th ਆਫ ਅਗਸਤ ਕੀ ਫਾਈਲ ਲੌਂਚ ਕਰ ਸਕਦੇ ਹਾਂ। ਹਾਂਜੀ ਮੇਰੇ ਕੋਲ ਤੁਹਾਡੀ ਪ੍ਰੋਫਾਈਲ ਸਾਰੀ ਆ ਗਈ। ਠੀਕ ਹੈ ਜੀ, ਇਹਦੇ ਵਿੱਚ ਕੀ ਪੋਸੀਬਿਲਿਟੀ ਆ? ਤੁਸੀਂ ਜੇ ਜਰਨਲ ਤੇ ਕਰਨਾ ਹੈ ਨਾ, ਤਾਂ ਤੁਹਾਨੂੰ 6 ਈਚ ਲੈਣੇ ਹਾਂਜੀ ਪੈਣਗੇ। ਜਰਨਲ ਦੀ ਆਪਣੀ ਇਹ ਪੋਸੀਬਿਲਿਟੀ ਆ, ਓਕੇ ਆਪਾਂ 6 ਈਚ ਲੈਣੇ ਪੈਣਗੇ। ਠੀਕ ਹੈ, ਜੇ ਅਕੈਡੈਮਿਕ ਕਰਨਾ ਹੈ ਨਾ, ਤੁਹਾਡੇ 2 ਚੋਂ 5.5 ਨੇ। ਠੀਕ ਹੈ, ਇਹਦੇ ਉੱਪਰ ਹਾਂਜੀ ਤੁਹਾਡਾ ਆਫਰ ਤਾਂ ਆ ਜਾਊਗਾ, ਨੋ ਪ੍ਰੋਬਲਮ ਸੈਂਟ ਕਲੀਅਰ ਦਾ। ਠੀਕ ਹੈ, ਬਟ ਉਸ ਤੋਂ ਬਾਅਦ ਤੁਸੀਂ ਜੇ ਇੰਪਰੂਵ ਕਰ ਲਓ, ਬੜੀ ਵਧੀਆ ਗੱਲ ਆ, ਕਿਉਂਕਿ 1 ਚੋਂ 5.5 ਚੱਲ ਜਾਣਗੇ ਆਫਟਰ 10 ਅਗਸਤ। ਕਿੰਨਾ ਮੈਮ, ਓਵਰਆਲ ਨਹੀਂ ਕਹਿ ਰਹੇ ਕਿ ਓਵਰਆਲ ਚੱਲ ਹਾਂਜੀ, ਜਾਏਗਾ। ਓਵਰਆਲ 6 ਹੋਣ, ਯੂਅਰ ਰਾਈਟ, ਹੈ ਨਾ, ਕਿਉਂਕਿ ਆਪਣੀ ਈਚ ਵਾਈ ਰਿਕੁਆਇਰਮੈਂਟ ਤਾਂ ਖਤਮ ਹੋ ਗਈ, ਬਟ ਬਾਕੀ ਆਪਾਂ ਨੂੰ ਫਾਈਨਲ ਚੱਲੂ ਪਤਾ 10 ਅਗਸਤ ਨੂੰ। 1 ਚੋਂ ਹੋਣ ਕੋਈ ਹਾਂਜੀ ਪ੍ਰੋਬਲਮ ਨਹੀਂ। ਹਾਂਜੀ, ਤੁਹਾਡੇ +2 ਵਿੱਚ ਬਹੁਤ ਅੱਛੇ ਸਕੋਰ ਨੇ, ਤੁਹਾਨੂੰ ਆਰਾਮ ਨਾਲ ਬਿਜ਼ਨਸ ਦੇ ਵਿੱਚ ਮਿਲ ਜੂ ਐਡਮਿਸ਼ਨ ਸੈਂਟ ਕਲੀਅਰ ਦੇ ਵਿੱਚ, ਕਿਉਂਕਿ ਜਿਹੜਾ 2 ਚੋਂ 5.5 ਆ ਨਾ, ਨੋ ਡਾਊਟ ਕਿ ਆਪਣੀ ਇਸ ਤੇ ਫਾਈਲ ਲੱਗ ਜੂ 10 ਅਗਸਤ ਤੋਂ ਬਾਅਦ। ਬਟ ਐਵੇਂ ਹੁੰਦਾ ਕਿ ਆਪਣੇ ਆਪਸ਼ਨਸ ਘੱਟ ਨੇ ਫਿਰ ਆਪਣੇ ਕੋਲ, ਤੁਸੀਂ ਜੇ 2 ਚੋਂ ਮਤਲਬ 5.5 ਹਾਂਜੀ ਕਾਲਜਿਸ ਦੇ ਆਪਸ਼ਨਸ ਘੱਟ ਨੇ। ਹਾਂਜੀ ਹਾਂਜੀ ਤੁਸੀਂ ਜੇ 2 ਤੇ 5.5 ਲਾਓਗੇ, ਇੱਕ ਅੱਧੀ ਆਪਸ਼ਨ ਹੋਊਗੀ। ਹੁਣ ਜਿਵੇਂ ਸੈਂਟ ਕਲੀਅਰ ਆਪਣੇ ਕੋਲ ਹੈਗਾ, ਜੇ 1 ਚੋਂ 5.5 ਹੋ ਜਾਣ, ਦੈਨ ਆਪਣੇ ਕੋਲ ਲਾਇਲਿਸਟ, ਕੋਨਿਸਟ ਹੋਗਾ, ਜਾਰਜ ਬ੍ਰਾਊਨ, ਹੰਬਰ, ਇਹ ਸਾਰੇ ਹੈਗੇ ਆਲਮੋਸਟ। ਅਗਰ ਇੰਪਰੂਵ ਹੁੰਦੇ ਤਾਂ ਠੀਕ ਆ, ਨਹੀਂ ਅਦਰਵਾਈਜ਼ ਇਸ ਤੇ ਫਾਈਲ ਹਾਂਜੀ, ਲਾਵਾਂਗੇ, ਕੋਈ ਰਿਸਕ ਤਾਂ ਨਹੀਂ ਹੈਗਾ ਇਹਦਾ। ਨਹੀਂ, ਆਫਟਰ 10 ਅਗਸਤ ਨੋ ਪ੍ਰੋਬਲਮ। ਬਾਕੀ 10 ਅਗਸਤ ਨੂੰ ਜਿੰਨੀਆਂ ਰਿਕੁਆਇਰਮੈਂਟਸ ਹੋਣਗੀਆਂ ਸਾਰੀਆਂ ਡਿਸਕਲੋਜ਼ ਹੋ ਜਾਣਗੀਆਂ, ਆਪਣੇ ਸਾਹਮਣੇ ਆ ਜਾਣਗੀਆਂ, ਬਟ ਫਿਲਹਾਲ ਤਾਂ ਈਚ ਦੀ ਰਿਕੁਆਇਰਮੈਂਟ ਖਤਮ ਹੋਈ ਹੈ। ਓਕੇ ਮੈਮ, ਇਦਾਂ ਹੀ ਪੁੱਛਣਾ ਸੀਗਾ ਕਿ ਉਸ ਤੋਂ ਬਾਅਦ ਫਾਈਲ ਹਾਂਜੀ, ਲਗਾ ਸਕਦੇ ਜੇ ਹਾਂ। ਜਰਨਲ ਦੀ ਗੱਲ ਕਰਦੇ ਹੋ, ਫਿਰ 6 ਈਚ ਲੈਣੇ ਪੈਣਗੇ, ਉਹਦੇ ਵਿੱਚੋਂ ਆਪਾਂ ਨੂੰ ਕਿਸ ਚੋਂ 1 ਚੋਂ 5.5 ਨਹੀਂ ਚੱਲਣਗੇ। ਓਕੇ ਥੈਂਕ ਹਾਂਜੀ, ਹੋਰ ਕੁਝ ਪੁੱਛਣਾ ਤੁਸੀਂ? ਯੂ ਮੈਮ, ਨਹੀਂ ਓਕੇ ਬਸ ਮੈਂ ਇਹ ਪੁੱਛਣਾ ਸੀ। ਓਕੇ ਜੀ, ਓਕੇ, ਥੈਂਕ ਯੂ।